तो साडा चैनल सब्सक्राइब करो, नाल ही दबाओ बेल आइकॉन। नौ दिन बाद यही सूरज लाड़ा बन के चमकना से, पर सूरज हमेशा वास्ते डूब गया। यह खबर है अमृतसर दे गेट हकीमा दी, जिथे एक मुंडे दा गोलियां मार के कत्ल कर दिता गया। नौ दिन बाद इसका व्यार रखा गया से, इसे वास्ते दो दिन पहला इसने शॉपिंग की थी, ते तस्वीर ओ शेरवानी नू पाके खचवाई सी, जिस दे नाल इसने व्याह करवाना सी, पर सब कुछ तरिया दा तरिया रह गया। कुछ मुंडे आए, एक एक्टिवा ते एक मोटरसाइकिल ते सवार हो के, ते कार दे अंदर वड़ के इसनू गोलियां मार दित्तियां, ते नाल ही सूरज नू सदा वास्ते अस्त कर दिता। हुण सब तो वड्डा सवाल, आखिरकार कत्ल क्यों होया? फिलहाल परिवार ने गली च रहन वाले कुछ तस्करा ते शक जताया है, पर सच्चाई की है? इसका खुलासा तो पुलिस की पड़ताल तो पास ही होएगा, पर कर्फ्यू के दौरान यह कत्ल होना पुलिस के उत्ते भी सवाल चकदा है, क्योंकि राती 9 बजे तो बाद कर्फ्यू लग जाता है। तुसी आप ही देख लवो। दैनिक मेल पंजाबी टीवी के पत्रकार सुन सोडी की रिपोर्ट। लॉकडाउन के दौरान कर्फ्यू लगा हुआ है, इसलिए 9 बजे तो बाद कर्फ्यू चालू हो जाता, 9:45 बजे यह काम हो रहा है। बेटा सूरज ओनू घर दे विच आके गोलियां मार गया, ते ओनू अमन दी अस्पताल लै गया घर वाले, ते उत्थे जाके ओदी डैथ हो गई। ਅਸੀਂ ਮੌਕੇ 'ਤੇ ਗਏ ਹਸਪਤਾਲ, ਉਸ ਤੋਂ ਬਾਅਦ ਇੱਥੇ ਆਏ ਹਾਂ, ਅਤੇ ਉਹ ਪਤਾ ਲੱਗਾ, ਸਤਪਾਲ ਜੀ ਮਿਲੇ ਸਾਨੂੰ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਭਾਂਜੇ ਦੀ ਬੇਟੀ ਜਿਹੜੀ ਉਹਨਾਂ ਦੀ ਗੁਆਂਢ ਹੈ, ਕੁੜੀ ਦਾ ਨਾਂ ਰੇਨੂ ਹੈ, ਉਹ ਚਿੱਟੇ ਦਾ ਕੰਮ ਕਰਦੀ ਸੀ, ਸ਼ੰਭੂ ਅਤੇ ਚੰਦਰ ਨਾਂ ਦੇ ਮੁੰਡੇ 4 ਨੰਬਰ ਗਲੀ 'ਚ ਰਹਿੰਦੇ, ਉਹਨਾਂ ਨਾਲ ਉਹਦੀ ਗੱਲਬਾਤ ਸੀ। ਇਹ ਉਹਨਾਂ ਨੂੰ ਰੋਂਦਾ ਸੀ ਸਤਪਾਲ, ਅੱਜ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਸਤਪਾਲ ਜੀ ਜਿਹੜੇ ਸੂਰਜ ਦੇ ਫਾਦਰ ਸਾਹਿਬ ਹੈ, ਉਹਨੇ ਦੱਸਿਆ ਵੀ ਅਸੀਂ ਪਤਾ ਲੱਗਿਆ ਵੀ ਇਹਨੇ ਮੌਕੇ ਦਾ ਫਾਇਦਾ ਉਠਾ ਕੇ ਸ਼ੰਭੂ ਅਤੇ ਚੰਦਨ ਨੂੰ ਫੋਨ ਕੀਤਾ ਕਿ ਉਹ ਘਰ 'ਚ ਕਮਰੇ 'ਚ ਇਕੱਲਾ ਸੁੱਤਾ। ਸ਼ੰਭੂ ਚੰਦਨ ਨਾਲ 3-4 ਜਣੇ ਆਏ, ਜਿਨ੍ਹਾਂ ਨੇ ਫਾਇਰ ਕੀਤੇ ਇਹਨੂੰ, ਸੂਰਜ ਨੂੰ ਹਸਪਤਾਲ ਲੈ ਗਏ, ਜਿੱਥੇ ਪਤਾ ਲੱਗਾ ਵੀ ਇਹਦੀ ਡੈਥ। ਸਰ, ਇੱਕ ਕਰਫਿਊ ਲੱਗੇ ਦੇ ਦੌਰਾਨ ਇਹ ਕੰਮ ਹੋ ਰਿਹਾ, ਕੀ ਕਹਿਣਾ ਚਾਹੋਗੇ? ਪੁਲਿਸ ਪ੍ਰਸ਼ਾਸਨ ਸਾਰੀ ਪ੍ਰਸ਼ਾਸਨ 'ਤੇ ਆਪਣੀ ਪੂਰੀ ਡਿਊਟੀ ਕਰ ਰਿਹਾ, ਹੁਣ ਕਿਸੇ ਗਲੀ ਮੁਹੱਲੇ 'ਚ ਕਿਸੇ ਦਿਲ ਦੀ ਗੱਲ ਕੀ ਕਹਿ ਸਕਦੇ ਹਾਂ ਵੀ ਕਿਸੇ ਦੇ ਘਰ 'ਚ ਕੀ ਹੋਣਾ, ਕੀ ਲੜਾਈ ਹੋਣੀ। ਸਰ, ਥਾਣੇ ਤੋਂ ਵੱਧ 100 ਕਿਲੋਮੀਟਰ ਦੂਰ ਥਾਣਾ ਹੈਗਾ, ਥਾਣਾ ਕਿਹੜਾ? ਇਸਲਾਮਾਬਾਦ। ਇਹ ਥਾਣਾ ਗੇਟ ਕੀ ਮਤਲਬ ਹੈ? ਹਾਂਜੀ, ਗੇਟ ਕੀ ਮਾਂ ਚਲੋ ਥੋੜ੍ਹੀ ਦੂਰ ਹੈ, ਲੇਕਿਨ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਨਾਲ ਹੀ ਆ ਗਏ, ਬਾਕੀ ਫੋਰਸ ਆ ਗਈ ਹੈ। ਅਗਲੀ ਤਫਤੀਸ਼ ਚੱਲ ਰਹੀ ਖੋਲ ਹੈਗੇ ਜੀ, ਉਹ ਲੈਣੇ ਜੀ, ਅਸੀਂ ਕਰਾਂਗੇ ਇਨਵੈਸਟੀਗੇਸ਼ਨ ਤੇ ਸਾਰਾ ਕੰਮ ਕਰਾਂਗੇ। ਪਤਾ ਲੱਗਾ ਕਿ ਪ੍ਰੈਸ ਟੀਮ ਨੂੰ, ਸਾਰਿਆਂ ਨੂੰ ਪਤਾ ਲੱਗਾ ਕਿ 6 ਖੋਲ ਫੜੇ ਗਏ ਨੇ ਉੱਥੋਂ, ਉਹਦੇ ਬਾਰੇ ਵੀ ਉਹਨੇ ਮੈਨੂੰ ਕੁਝ ਮਿਲਿਆ ਨਹੀਂ, ਬਾਕੀ ਅਸੀਂ ਕਰ ਰਹੇ ਇਨਵੈਸਟੀਗੇਸ਼ਨ, ਜੋ ਹੋਏਗਾ ਤੁਹਾਡੇ ਨੋਟ ਤੇ। ਚਲੋ ਠੀਕ ਹੈ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793995956।